ਸਾਸੀਗਰ ਕਿਸਾਨ ਵੀਰੋ ਮੈਂ ਇੰਜੀਨੀਅਰ ਗੁਰਪ੍ਰੀਤ ਸਿੰਘ ਅੱਜ ਇਸ ਵੀਡੀਓ ਚ ਆਪਾਂ ਦੇਖਾਂਗੇ ਕਿ ਆਪਾਂ ਜੋ ਝੋਨਾ ਲਗਾ ਚੁੱਕੇ ਹਾਂ ਜਿਸ ਵਿੱਚ ਇਸ ਵਾਰ ਸੁਪਰੀਮ 110 ਜਾਂ ਪੀਆਰ 131 ਦੀ ਵੱਧ ਬਜਾਈ ਹੋਈ ਆ ਤਾਂ ਜਿਹੜਾ ਝੋਨਾ ਪਾ ਲਗਾ ਚੁੱਕੇ ਹਾਂ ਉਸ ਨੂੰ ਖਾਦ ਦੀ ਕਿੰਨੀ ਵਰਤੋਂ ਕਰਨੀ ਆ ਪਹਿਲੀ ਡੋਸਨਾ ਕਿਸ ਚੀਜ਼ ਦੀ ਵਰਤੋਂ ਕਰਨੀ ਆ ਦੂਜੀ ਡੋਸਨਾ ਕਿਸ ਚੀਜ਼ ਦੀ ਵਰਤੋਂ ਕਰਨੀ ਆ ਬਹੁਤ ਸਾਰੇ ਕਮੈਂਟ ਆ ਰਹੇ ਸੀ ਪੋਟਾਸ਼ ਦੀ ਵਰਤੋਂ ਕਰੀਏ ਜਾਂ ਜ਼ਿੰਕ ਦੀ ਵਰਤੋਂ ਕਰੀਏ ਤਾਂ ਮੈਂ ਇਸ ਵੀਡੀਓ ਚ ਇਸ ਬਾਰੇ ਤੁਹਾਨੂੰ ਡिटेल ਨਾਲ ਜਾਣਕਾਰੀ ਦੇਵਾਂਗਾ ਸਭ ਤੋਂ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਕਿਸਾਨਾਂ ਨੂੰ ਦੋ ਭਾਗਾਂ ਵਿੱਚ ਵੰਡ ਲਈਏ ਪਹਿਲਾਂ ਤਾਂ ਜਿਹੜੇ ਕਿਸਾਨ ਵੀਰਾਂ ਨੇ ਆਪਣੀ ਮਿੱਟੀ ਦੀ ਜਾਂਚ ਕਰਾਈ ਹੋਈ ਹੈ ਠੀਕ ਹੈ ਦੂਜਾ ਜਿਨ੍ਹਾਂ ਨੇ ਮਿੱਟੀ ਦੀ ਜਾਂਚ ਨਹੀਂ ਕਰਾਈ ਹੋਈ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਮਿੱਟੀ ਦੀ ਜਾਂਚ ਕਰਾਈ ਹੈ ਉਹਨਾਂ ਨੂੰ ਜੋ ਰਿਪੋਰਟ ਵਿੱਚ ਦੱਸਿਆ ਹੋਏਗਾ ਕਿਸ ਕਿਸ ਚੀਜ਼ ਦੀ ਵਰਤੋਂ ਕਰਦੀ ਤੇ ਕਿੰਨੀ-ਕਿੰਨੀ ਵਰਤੋਂ ਕਰਨੀ ਹੈ ਤੇ ਪਹਿਲੀ ਗੱਲ ਆਪਾਂ ਕਰਾਂਗੇ ਜਿਨ੍ਹਾਂ ਨੇ ਮਿੱਟੀ ਦੀ ਜਾਂਚ ਕਰਾਈ ਹੋਈ ਹੈ ਤਾਂ ਅਗਰ ਉਹਨਾਂ ਕਿਸਾਨ ਵੀਰਾਂ ਦੇ ਜ਼ਿੰਕ ਦੀ ਘਾਟ ਆ ਰਹੀ ਹੈ ਤਾਂ ਤੁਸੀਂ 10 ਕਿਲੋ ਤੋਂ 15 ਕਿਲੋ ਪ੍ਰਤੀ ਏਕੜ ਜ਼ਿੰਕ ਦੀ ਵਰਤੋਂ ਕਰ ਸਕਦੇ ਹੋ 33% ਦੀ ਠੀਕ ਹੈ ਇਸ ਦੀ ਵਰਤੋਂ ਆਪਾਂ ਕਦੂ ਕਰਦੇ ਸਮੇਂ ਵੀ ਕਰ ਸਕਦੇ ਆ ਜਾਂ ਪਹਿਲੀ ਖਾਦ ਡੋਸ ਨਾਲ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਮੈਂ 10 ਕਿਲੋ 30% ਜ਼ਿੰਕ ਦੀ ਵਰਤੋਂ ਕਰ ਰਿਹਾ ਤਾਂ ਅੱਧੀ ਬੋਰੀ ਖਾਦ ਦੀ ਨਾਲ ਆਪਾਂ 10 ਕਿਲੋ ਜ਼ਿੰਕ ਪ੍ਰਤੀ ਏਕੜ ਪਹਿਲੀ ਡੋਸ ਨਾਲ ਇਸ ਦੀ ਵਰਤੋਂ ਕਰ ਸਕਦੇ ਆ ਉਸ ਤੋਂ ਬਾਅਦ ਅਗਰ ਫਾਸਫੋਰਸ ਦੀ ਬਹੁਤਾਂਤ ਹੈ ਜੋ ਆਪਾਂ ਰਿਪੋਰਟ ਵਿੱਚ ਦੱਸ ਰਹੇ ਆ ਤਾਂ ਤੁਸੀਂ ਅਗਲੀ ਬੋਰੀ ਨਾਲ 10 ਕਿਲੋ ਮੈਗਨੀਸ਼ੀਅਮ ਦੀ ਵਰਤੋਂ ਵੀ ਕਰ ਸਕਦੇ ਜੀ ਠੀਕ ਹੈ ਜੇਕਰ ਤੁਹਾਡੀ ਪੋਟਾਸ਼ ਦੀ ਘਾਟ ਦਿਖਾਈ ਦੇ ਰਹੀ ਹੈ ਜਾਂ ਰਿਪੋਰਟ ਵਿੱਚ ਪੋਟਾਸ਼ ਦੀ ਘਾਟ ਆਈ ਹੈ ਤਾਂ ਤੁਸੀਂ 20 ਕਿਲੋ ਪੋਟਾਸ਼ ਦੀ ਵਰਤੋਂ ਕਰਨੀ ਹੈ ਉਹ ਤੁਸੀਂ ਪਹਿਲੀ ਡੋਜ਼ ਤੋਂ ਬਾਅਦ ਕਰ ਲਓ ਪਹਿਲੀ ਡੋਜ਼ ਤੋਂ ਪਹਿਲਾਂ ਕਰ ਲਓ ਜਾਂ ਤੁਸੀਂ ਅੱਧੀ ਬੋਰੀ ਖਾਦ ਨਾਲ ਜੂਰੀਆਂ ਨਾਲ ਮਿਲਾ ਕੇ ਦੇ ਲਓ ਉਹ ਤੁਹਾਡੇ ਤੇ ਡਿਪੈਂਡ ਕਰਦਾ ਤਾਂ ਇਹ ਜੋ ਆਪਾਂ ਚੀਜ਼ ਦੀ ਵਰਤੋਂ ਕਰਨੀ ਹੈ ਜੇਕਰ ਤੁਹਾਡੇ ਫਾਸਟ ਫੋਰਸ ਦੀ ડીਏਪੀ ਦੀ ਘਾਟ ਆਈ ਹੈ ਤਾਂ ડીਏਪੀ ਤੁਸੀਂ ਪਹਿਲਾਂ ਹੀ ਕਰਦੂ ਸਮੇਂ ਪਾਉਣਾ ਸੀ ਜਾਂ ਫਿਰ ਝੋਨਾ ਲਗਾਉਣ ਤੋਂ ਬਾਅਦ ਤੁਸੀਂ ਉਸ ਦੀ ਵਰਤੋਂ ਕਰ ਸਕਦੇ ਤੇ ਦੂਜੀ ਚੀਜ਼ ਇਸ ਵਿੱਚ ਆਇੰਦੀ ਜੂਰੀਆ ਦੀ ਕਿੰਨੀ ਵਰਤੋਂ ਕਰਨੀ ਤਾਂ ਜੋ ਤੁਹਾਨੂੰ ਰਿਪੋਰਟ ਵਿੱਚ ਦੱਸਿਆ ਗਿਆ ਉਸ ਹਸਾਬ ਨਾਲ ਜੂਰੀ ਦੀ ਵਰਤੋਂ ਕਰੋ 10 ਤੋਂ 20 ਕਿਲੋ ਉੱਪਰ-ਨੀਚੇ ਹੋ ਜਾਏਗੀ ਉਸ ਵਿੱਚ ਕੋਈ ਜ਼ਿਆਦਾ ਵੱਡੀ ਪ੍ਰੋਬਲਮ ਨਹੀਂ ਤਾਂ ਇਹ ਹੋ ਗਿਆ ਜਿੱਦਾਂ ਕਿਸਾਨ ਵੀਰਾਂ ਨੇ ਮਿੱਟੀ ਦੀ ਟੈਸਟਿੰਗ ਕਰਾਈ ਹੋਈ ਹੈ ਉਹ ਕਿਸ ਸਿਧਾਨਾ ਵਰਤੋਂ ਕਰਨ ਤਾਂ ਜੇ ਨਹੀਂ ਕਿਸਾਨ ਵੀਰਾਂ ਨੇ ਮਿੱਟੀ ਟੈਸਟ ਨਹੀਂ ਕਰਾਈ ਉਹ ਤੁਸੀਂ ਆਪਣੇ ਅੰਦਾਜ਼ੇ ਨਾਲ 5 ਤੋਂ 8 ਕਿਲੋ ਪ੍ਰਤੀ ਏਕੜ ਜ਼ਿੰਕ ਦੀ ਵਰਤੋਂ ਕਰ ਸਕਦੇ ਜੇ ਪਹਿਲੀ ਖਾਦ ਜੂਰੀਆ ਨਾਲ ਅੱਧੀ ਬੋਰੀ ਪਾਣੀ ਤੁਸੀਂ ਝੋਨੇ ਵਿੱਚ 135 ਕਿਲੋ ਪ੍ਰਤੀ ਇਕਰ ਦੇ حساب ਨਾਲ ਜੋ ਖਾਦ ਦੀ ਵਰਤੋਂ ਕਰਨੀ ਹੈ ਪोटाश ਦੀ ਤੁਹਾਨੂੰ ਲੱਗਦਾ ਜੇ ਵਰਤੋਂ ਕਰਨੀ ਹੈ ਤਾਂ 20 ਕਿਲੋ 15 ਤੋਂ 20 ਕਿਲੋ ਤੁਸੀਂ ਪोटाश ਦੀ ਵਰਤੋਂ ਕਰ ਸਕਦੇ ਜੀ ਠੀਕ ਹੈ ਉਸ ਤੋਂ ਬਾਅਦ ਜੇ ਹਰ ਸਾਲ ਡਾਈ ਦੀ ਵਰਤੋਂ ਕਰ ਰਹੇ ਤਾਂ ਤੁਹਾਨੂੰ ਕੋਈ ਕੋਈ ਇਸੇ ਤਰ੍ਹਾਂ ਦੀ ਕੋਈ ਵੀ ਡੀਪੀ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ ਨਹੀਂ ਕਿਉਂਕਿ ਡੀਪੀ ਅਗਰ ਤੁਸੀਂ ਕਣਕ ਵਿੱਚ ਪਾਈ ਹੋਈ ਹੈ ਤਾਂ ਝੋਨੇ ਵਿੱਚ ਪਾਉਣ ਦੀ ਕੋਈ ਜ਼ਰੂਰਤ ਹੈ ਨਹੀਂ ਜੇਕਰ ਝੋਨੇ ਕਣਕ ਵਿੱਚ ਡੀਪੀ ਦੀ ਵਰਤੋਂ ਨਹੀਂ ਕੀਤੀ ਤਾਂ ਤੁਸੀਂ 27 ਕਿਲੋ ਪ੍ਰਤੀ ਏਕੜ ਝੋਨੇ ਵਿੱਚ ਡੀਪੀ ਦੀ ਵਰਤੋਂ ਕਰਨੀ ਹੈ ਵੈਸੇ ਡੀਪੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇਹ ਫਾਸਟ ਕੋਰਸ ਦਾ ਵਾਧਾ ਹੀ ਹੁੰਦਾ ਉਸ ਨੂੰ ਆਪ ਨੂੰ ਫਿਰ ਤੋੜਨ ਵਾਸਤੇ ਜ਼ਿੰਕ ਤੇ ਮੈਗਨੀਸ਼ੀਅਮ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਮੇਨ ਗੱਲ ਤੇ ਇਹੀ ਕਿ ਮਿੱਟੀ ਟੈਸਟਿੰਗ ਕਰਾਉਣੀ ਬਹੁਤ ਜ਼ਰੂਰੀ ਆ ਜੋ ਮੈਂ ਤੁਹਾਨੂੰ ਇਸ ਹਿਸਾਬ ਨਾਲ ਦੱਸ ਰਿਹਾ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜੋ ਪਿਛਲੇ ਸਾਲ ਵਿੱਚ ਜੋ ਤੁਹਾਡਾ ਤਜਰਬਾ ਉਸ ਹਿਸਾਬ ਨਾਲ ਵਰਤੋਂ ਕਰੋ ম্যাগਨੀਸ਼ੀਅਮ ਦੀ ਵਰਤੋਂ ਕਰਨੀ ਤਾਂ ਉਹ ਵੀ ਤੁਸੀਂ 10 ਕਿਲੋ 5 ਤੋਂ 10 ਕਿਲੋ ম্যাগਨੀਸ਼ੀਅਮ ਦੀ ਵਰਤੋਂ ਵੀ ਕਰ ਸਕਦੇ ਜੀ ਤਾਂ ਖਾਦ ਦੀ ਡੋਜ਼ ਕਿਵੇਂ ਦੇਣੀ ਆ ਖਾਦ ਦੀ ਡੋਜ਼ ਮੇਨ ਤਾਂ ਤੁਸੀਂ 3 ਡੋਜ਼ੇ ਰੱਖੋ ਬੋਰੀ ਬੋਰੀ ਦੀ ਅਗਰ ਤੁਸੀਂ ਅੱਧੇ ਦੀ ਬੋਰੀ ਪਾਉਣੀ ਆ ਤਾਂ 4 ਤੋਂ ਪੰਜ ਵਾਰੀ ਇੱਕ ਵਾਰੀ ਇੱਕ ਬੋਰੀ ਪਾ ਲਓ ਤਾਂ ਤੁਸੀਂ 35 ਦਿਨ ਵਿੱਚ ਜੋ ਹੈ 110 ਜਾਂ 131 ਦੀ ਜ ਡੋਜ਼ ਹੈ ਜੋ ਉਹ ਤੁਸੀਂ ਕੰਪਲੀਟ ਕਰਨੀ ਹੈ ਉਸ ਹਿਸਾਬ ਨਾਲ ਆਪਣਾ ਜੋ ਟਾਈਮ ਟੇਬਲ ਉਸ ਹਿਸਾਬ ਨਾਲ ਬਣਾ ਲਓ ਤਾਂ ਇਸ ਵੀਡੀਓ ਵਿੱਚ ਜੋ ਮੈਂ ਜਾਣਕਾਰੀ ਦਿੱਤੀ ਹੈ ਪੀਯੂ ਵੱਲੋਂ ਤੇ ਆਪਣੇ ਤਜਰਬੇ ਵੱਲੋਂ ਦੱਸ ਰਿਹਾ ਬਾਕੀ ਕੋਈ ਕੁਐਸਚਨ ਹੋਇਆ ਤਾਂ ਨੀਚੇ ਕਮੈਂਟ ਜਰੂਰ ਕਰ ਲਿਓ ਤੁਹਾਡਾ ਸਾਰਿਆਂ ਦਾ ਧੰਨਵਾਦ